ਟਾਈਮ ਮੇਰਾ ਸੀ ਅਤੇ ਇੰਨਾ ਲੇਟ ਕੀਤਾ, ਹੁਣ ਮੈਂ ਕੀ ਕਰਾਂ? ਫਤਿਹਾ, ਬਿਸਮਿਲ੍ਲਾਹਿਰਰਹਿਮਾਨਿਰਰਹੀਮ, ਅਲਹਮਦੁਲਿਲਾਲਮੀ ਰਹਿਮਾਨਿਰਰਹੀਮ, ਮਾਲਿਕ ਯੌਮਿਦੀਨ, ਇਯਾਕ ਨਅਬਦੂ ਵਇਯਾਕ ਨਸਤਾਈਨ, ਇਹਦੇ ਨਾਲ ਸਰਾਤਲ ਮੁਸਤਕੀਮਾ ਸਰਾਤਲ ਲਜ਼ੀਮ ਅਲਮ ਤਾਲਿਮ ਗੈਰੁਲ ਮਾਜ਼ੂਬ ਅਲੈਹਿਮ ਵਲਜ਼ਾਲਿਮ ਕੁਲ ਵੱਲਾਹੁ ਅਦੱਲਾ ਸਮੱਲਮ ਅਲੈਹਿ ਕੁਲ ਵੱਲਾਹੁ ਅਦੱਲਾ ਸਮੱਲਮ ਕੁਲ ਵੱਲਾਹੁ ਅਦੱਲਾ ਸਮੱਲਮ ਅਲੈਹਿ ਅਲਹਮਾ ਸੱਲਿ ਅਲਾ ਮੁਹੰਮਦ ਵਾਲਿ ਮੁਹੰਮਦ। ਦੁਆ ਹੈ ਵਾਰਿਸ ਤੁਹਾਡਾ ਟੁਰ ਆਇਆ ਕਬੂਲ ਫਰਮਾਵੇ। ਇਤਨੀ ਗਰਮੀ ਘਰਾਂ ਦੇ ਆਰਾਮ ਛੋੜ ਕੇ, ਕੰਮ ਕਾਰ ਛੋੜ ਕੇ ਜਿਹੜੇ ਟੁਰ ਆਏ ਹੋ, ਹਰ ਕਦਮ 'ਤੇ ਸਾਈਂ ਸਗੀਰਾ ਕਬੀਰਾ ਗੁਨਾਹ ਮਾਫ ਫਰਮਾ। ਬਾਨੀਆਂ ਅੰਦਰ ਇਸ਼ਕ ਵਿੱਚ ਮੌਲਾ ਹੋਰ ਅਜ਼ਾਫਾ ਫਰਮਾ। ਖੁਦਾਇਆ ਜਿਹਨਾਂ ਆਮੀਨ ਆਖੇ ਉਹਨਾਂ ਦੀ ਵੀ ਕਬੂਲ ਫਰਮਾ, ਜਿਹੜੇ ਨਹੀਂ ਆਖ ਸਕੇ ਇਤਨੀ ਗਰਮੀ 'ਚ ਆਏ ਤਾਂ ਬੈਠੇ ਨੇ ਉਹਨਾਂ ਦੀ ਵੀ ਕਬੂਲ ਫਰਮਾ। ਸਦਾ ਜੀਓ 12ਵੇਂ ਦੇ ਜ਼ਹੂਰ ਤੱਕ ਜੀਓ, ਦਰਬਾਰ ਵੱਡਾ ਆਦਿ ਬੜੇ ਪਾ ਕੇ ਮੰਗਣ ਦਾ ਵੱਲ ਆ ਜਾਏ, ਇਹਨਾਂ ਨੂੰ ਖਾਲੀ ਵਾਲਾ ਮਣ ਦਾ ਵੱਲ ਨਹੀਂ ਆਉਂਦਾ। ਖੁਤਬਾ ਛੋੜ ਕੇ ਇੱਕ ਮਜ਼ਮੂਨ, ਉਹ ਵੀ ਤਫਸੀਲਨ ਨਹੀਂ ਕਿਉਂਕਿ ਇਹਨਾਂ ਵਕਤ ਤੋਂ ਬਹੁਤ ਲੇਟ ਕੀਤਾ। ਥੋੜ੍ਹੀ ਜਿਹੀ ਤਮਹੀਦ ਬਾਨੀਆਂ ਦਾ ਹੁਕਮ ਹੈ ਦੋ ਵਾਰ, ਫਿਰ ਇਨਸ਼ਾਅੱਲਾ ਕਿਤੇ ਵਕਤ ਨਾਲ ਖੜਾ ਕੀਤਾ, ਸੋਹਣੀ ਨੌਕਰੀ ਉਸ। ਵੈਸੇ ਵੀ ਮੈਂ ਤੁਹਾਡਾ ਬਹੁਤ ਪੁਰਾਣਾ ਜਿਹਾ ਨਿਆਜ਼ਮੰਦ ਹਾਂ, ਮੇਰੀ ਬੜੀ ਸਾਰੀ ਜ਼ਿੰਦਗੀ ਤੁਹਾਡੇ ਵਿੱਚ ਗੁਜ਼ਰ ਗਈ। ਗੁਜਰਾਤ ਸਿਆਲਕੋਟ ਗਲਬਨ ਮੇਰੀ ਅੱਧੀ ਜ਼ਿੰਦਗੀ ਖਾ ਗਏ, ਅੱਧੀ ਜ਼ਿੰਦਗੀ ਗੁਜ਼ਰ ਗਈ ਮੈਂ ਤੁਹਾਡੇ ਵਿੱਚ ਪੜ੍ਹਦਿਆਂ। ਕਦੀਮ ਦੇ ਸੁਣਨ ਵਾਲੇ ਬੈਠੇ ਹੋ, ਵਾਕਿਆਤ ਕੋਈ ਐਸਾ ਨਹੀਂ ਜਿਹੜਾ ਤੇਰੇ ਬੱਚਿਆਂ ਨੂੰ ਵੀ ਯਾਦ ਨਹੀਂ। ਮਿਹਨਤ ਹਰ ਕਿਸੇ ਦੀ ਆਪਣੀ ਹੈ। ਵੱਲਾ ਬਿੱਲਾ ਸੁਮਾ ਤੱਲਾ ਕੁਰਾਨ 'ਚ ਸਭ ਤੋਂ ਬੜੀ ਕਸਮ ਹੈ, ਬਾਨੀਆਂ ਦਾ ਹੁਕਮ ਹੈ। ਇਸ ਵਾਸਤੇ ਮੈਂ ਇਹ 2 ਸਤਰਾਂ ਪੜ੍ਹਨ ਲੱਗਾ। 125,000 ਨਬੀ ਸਫ਼ਰ ਕਰੀ ਜਲਦੀ ਜਲਦੀ, ਮੈਂ ਖੁਤਬਾ ਵੀ ਇਸ ਲਈ ਛੋੜਿਆ ਕਿ ਕਿਸੇ ਮੰਜ਼ਿਲ ਦੇ ਕਰੀਬ ਤੈਨ ਜਲਦੀ ਜਲਦੀ ਕਰ ਲਾਂ। ਫਿਰ ਹਰ ਨਬੀ ਦਾ ਇਮਤਿਹਾਨ ਆਪਣੀ ਪਾਕ ਕਲਾਮ ਵਿੱਚ ਫਰਮੇਂਦੇ, ਮੈਂ ਤੁਹਾਡਾ ਇਮਤਿਹਾਨ ਲਈ ਸਾਂ।
ਆਪਣੇ ਬੰਦਿਆਂ ਨੂੰ ਫਰਮਾ ਰਹੇ, ਫਰਮਾ ਰਹੇ ਇਮਤਿਹਾਨ ਸਖਤ ਹੋਣਾ ਹੈ, ਤੁਹਾਡੇ ਦਿਲਾਂ ਦੇ ਮੇਵਿਆਂ ਦਾ ਇਮਤਿਹਾਨ ਹੋ ਸੀ, ਯਾਨੀ ਕਿ ਤੁਹਾਡੀ ਔਲਾਦ ਦਾ ਇਮਤਿਹਾਨ, ਤੁਹਾਡੀਆਂ ਕੀਮਤੀ ਚੀਜ਼ਾਂ ਦਾ ਇਮਤਿਹਾਨ ਉਸ ਰਾਇਤ ਨਾ ਕਰੇ ਸਾਂ, ਇੱਕ ਨਾਲ ਕੀਤੀ ਤਾਂ ਮੁੜ ਦੂਜੇ ਨਾਲ ਕਰਨੀ ਪਊ ਸੀ, ਇਸ ਵਾਸਤੇ ਰਾਇਤ ਨਾ ਹੋ ਸੀ, ਇਮਤਿਹਾਨ ਮੈਂ ਲਈ ਸਾਂ ਉਹ ਸੀ ਸਖਤ, ਆਖਰ ਤਾਂ ਫਿਰ ਇਹ ਖੁਸ਼ਖਬਰੀ ਪਿਆ ਦਿੰਦਾ, ਆਦਾ ਪਿਆ ਜਿਹੜੇ ਮੇਰੇ ਇਮਤਿਹਾਨ ਦੇ ਸਾਰੇ ਪਰਚੇ ਹੱਲ ਕਰ ਗਿਆ, ਮੈਂ ਖੁਦਾ ਐਲਾਨ ਕਰਕੇ ਆਦਾ ਪਿਆ ਉਹਦੀ ਮਰਜ਼ੀ ਮੈਂ ਖਾਲਿਕ ਦੀ ਮਰਜ਼ੀ ਬਣ ਗਿਆ ਸੀ। ਪੁੱਤਰਾਂ ਦੇ ਸ਼ਾਹ ਰੋਣੀ ਜਵਾਨੀ ਮਾਣੀ ਇਲਮ ਦੋਸਤ ਭਾਈ ਬੈਠੇ ਹੋ, ਜਵਾਨੀਆਂ ਮਾਣਾ ਤੁਹਾਡਾ ਭਲਾ ਉਹਨੇ ਸਦਾ ਜੀ ਉੱਚਾ, ਐਡਾ ਸੋਹਣਾ ਹਿੱਸਾ ਘਰ ਵਿੱਚ ਪੜ੍ਹਨ ਰੋਜ਼ ਪੜ੍ਹਨ ਵਾਲੇ ਨੂੰ ਇਤਨਾ ਸੋਹਣਾ ਹਿੱਸਾ ਦਿੱਤਾ ਨੇ, ਤੁਹਾਡੀ ਮਿਹਰਬਾਨੀ ਹੈ। ਔਖੇ ਔਖੇ ਇਮਤਿਹਾਨ, ਕਿਸੇ ਨੂੰ ਆਰੇ 'ਚ ਚਰਾਇਆ ਗਿਆ, ਤਫਸੀਲ 'ਚ ਨਹੀਂ ਇਸ਼ਾਰਾ ਕਰਕੇ ਮੈਂ ਮਕਸਦ 'ਤੇ, ਕਿਸੇ ਜੰਗਲਾਂ 'ਚ ਗੁਜ਼ਾਰੀ, ਕਿਸੇ ਮੱਛਲੀ ਦੇ ਪੇਟ 'ਚ ਗੁਜ਼ਾਰੀ, ਹੱਦ ਮੁੱਕ ਗਈ, ਜਿੱਥੇ ਬਈ ਤਾਂ ਘਬਰਾਈਆਂ ਨਾ ਹੋਵੇਣ, ਅਤੇ ਜਿਹੜੇ ਤਾਰੀਖਦਾਨ ਲੋਕ ਬੈਠੇ 70 ਅੱਖਾਂ ਤੇਰੇ ਚੌਥੇ ਇਮਾਮ ਤੋਂ ਇੱਕ ਬੰਦੇ ਨੇ ਪੁੱਛ, ਮੌਲਾ ਉਹ ਜਿਹੜਾ ਨਬੀ ਅਲਾਮਾ ਸੁਣ ਯੂਨਸ ਅਲੈ ਸਲਾਮ ਮੱਛਲੀ ਦੇ ਪੇਟ 'ਚ ਆਇਆ, ਉਹ ਕਿਉਂ ਆਇਆ, ਕਿਆ ਕਹਾਣੀ? ਮਾਸੂਮ ਫਰਮਾਇਆ ਮੈਂ ਦੱਸਾਂ ਜੇ ਉਹ ਮੱਛਲੀ ਦੱਸੇ। ਪੁੱਤਰਾਂ ਦਾ ਇਸ਼ਾਰਾ ਨਹੀਂ ਜਵਾਨੀ ਮਾਣ ਹੈ, ਜਿਹੜੇ ਬੰਦੇ ਦੀ ਜ਼ੁਬਾਨ ਹਿੱਲਦੀ ਪਈ ਆਈ ਜੇ ਬਿਸਮਿਲ੍ਲਾ ਕਰਾਂ, ਜਵਾਨੀ ਮਾਣ ਹੈ ਉਸਾ ਕਿਹਾ ਮੌਲਾ ਦੇਰ ਗੁਜ਼ਰ ਗਈ, ਕਿੱਥੇ ਯੂਨਸ ਦਾ ਜ਼ਮਾਨਾ, ਕਿੱਥੇ ਤੁਹਾਡਾ ਜ਼ਮਾਨਾ? ਉਹ ਮੱਛਲੀ ਫਰਮਾਇਆ ਕਾਇਨਾਤ ਦਾ ਨਿਜ਼ਾਮ ਰੋਕਣ ਵਾਲੇ ਅਸੀਂ ਤੇ ਹਾਂ, ਛੇਤੀ ਛੇਤੀ ਸਬਰ ਕਰੀ, ਛੇਤੀ ਛੇਤੀ ਗੂੰਗੇ ਬੰਦੇ ਨੂੰ ਛੁੱਟੀ ਹੈ। ਮੈਂ ਬਿਸਮਿਲ੍ਲਾ, ਮੈਂ ਬੜਾ ਲੇਟ ਹੋਇਆ ਖਲੋਤਾ, ਅਜੇ ਜਾ ਕੇ ਮੈਂ ਤਿੰਨ ਵਾਰੇ ਪੜ੍ਹਨੇ ਨੇ। ਤੁਹਾਡੇ ਬੱਚਿਆਂ ਦੀ ਜ਼ਿੰਦਗੀ ਉਹ ਵੀ ਕੋਈ ਵਾਸਤਾ ਐਸਾ ਹਾ ਜਿੱਥੇ ਮੈਂ ਬੋਲ ਨਾ ਸੰਗਦਾ। ਸਫ਼ਰ ਕਰੀ ਜਲਦੀ, ਅਜ਼ੀਮ ਜੁਮਲਾ ਆਖਿਆ ਲੱਗਾ, ਅੱਲਾਹੁ ਅਕਬਰ। ਉਸ ਆਖਿਆ ਬਾਦਸ਼ਾਹ ਉਹ ਮੱਛਲੀ, ਮਾਸੂਮ ਪਾਣੀ ਦੇ ਕਿਨਾਰੇ 'ਤੇ ਜਾ ਕੇ ਇੰਜ ਇਸ਼ਾਰਾ ਕਰਕੇ ਫਰਮਾਇਆ, ਜਿਸ ਮੱਛਲੀ ਨੇ ਯੂਨਸ ਨੂੰ ਪੇਟ 'ਚ ਰੱਖਿਆ ਹਾ, ਮੈਂ ਸੱਜਾ ਦਾਦਾ ਪਿਆ, ਜ਼ਰਾ ਸਰ ਚਾ ਕੇ ਬਾ। ਜੀ ਜਿਹੜਾ ਕੁਰਾਨ ਤੇ ਨਾ ਬੋਲੇ ਮੁਕੱਦਰ ਉਸ ਬੰਦੇ ਦਾ ਆਪਣਾ ਹੈ। ਮੈਂ ਸਜਾਦ ਹੁਕਮ ਪਿਆ ਦੇਣਾ, ਤੁਹਾਡੀ ਜ਼ਿੰਦਗੀ ਤੁਹਾਡੀ ਜਵਾਨੀ ਮਾਣ ਜਵਾਨੀਆਂ ਮਾਣੋ ਚੋ ਮੈਂ ਸਜਾਦ ਹੁਕਮ ਪਿਆ ਦੇ। ਬੱਚਿਆਂ ਦੀ ਜ਼ਿੰਦਗੀ ਉਹਨੇ ਇਤਨੀ ਬੜੀ ਨਿਆਜ਼ ਇਮਾਮ ਜ਼ਮਾਨਾ ਬਹੁਤ ਜ਼ਿਆਦਾ ਦੇਵੇ। ਹਾਏ ਦਰੀ ਤੁਹਾਡੀ ਵੀ ਕਿਆ ਬਾਤ ਹੈ,
ਅੱਲਾ ਤੁਹਾਡੀ ਜ਼ਿੰਦਗੀ ਕਰੇ ਏਡੇ ਸੋਹਣੀ, ਮਿਹਰਬਾਨੀ ਕਰਨਾ, ਆਸਾਨ ਮੇਰੇ 'ਤੇ ਕਰ ਦੇਣਾ, ਮੈਂ ਹੁਣੇ ਛੱਡ ਕੇ ਤੁਰ ਪੈਣਾ, ਮੈਨੂੰ ਬੜੀ ਦੇਰ ਹੋਈ ਹੈ, ਮੇਰਾ ਵਕਤ ਨਾ ਜ਼ਾਇਆ ਕਰੋ, ਚਾਹ ਬਸ ਮਿਹਰਬਾਨੀ ਕਰੋ, ਤੁਸੀਂ ਬੈਠ ਜਾਓ। ਅੱਲਾਹੁ ਅਕਬਰ, ਤਵੱਜੋ ਹੈ ਜੀ, ਦਿਲ ਹੈ, ਕੋਈ ਸੁਣਾ ਲਾਂ ਤੁਹਾਨੂੰ, ਧੀਆਂ ਦੇ ਪਰਦੇ ਹੋਣ ਜੀ, ਬਿਸਮਿਲ੍ਲਾ ਕਰਾਂ। ਹੈ ਉਹ ਮੱਛਲੀ ਸਿਰ 'ਚ ਆਇਆ, ਮਾਸੂਮ ਫਰਮਾਇਆ ਇਹ ਪਿਆ ਪੁੱਛਦਾ, ਇਹ ਪਿਆ ਪੁੱਛਦਾ ਏ ਯੂਨਸ ਤੇਰੇ ਪੇਟ 'ਚ ਆਇਆ? ਫਰਮਾਇਆ ਬਾਦਸ਼ਾਹ ਆਇਆ। ਫਰਮਾਇਆ ਕਿਉਂ ਆਇਆ, ਕੋਈ ਪਤਾ ਹੀ? ਉਹ ਮੱਛਲੀ ਬੋਲ ਕੇ ਆਦੀ, ਆਖਾ ਤੁਹਾਡੀ ਕਸਮ ਏ, ਉਸ ਤੁਹਾਡੇ ਦਾਦੇ ਅਲੀ ਦੀ ਵਿਲਾਇਤ ਦੇ ਮੁਤਲਕ ਸੋਚਿਆ, ਇਨਕਾਰ ਨਾ ਹੈ ਕੀਤਾ, ਸਿਰਫ ਸੋਚਿਆ, ਤੇਰੇ ਪੁੱਤਰਾਂ ਦੇ ਸ਼ਾਰੋ ਨੀ, ਤੇਰੇ ਬੱਚਿਆਂ ਦੀ ਜ਼ਿੰਦਗੀ ਉਹਨੇ, ਬੱਚਿਆਂ ਦੀ ਜ਼ਿੰਦਗੀ ਆਉਣੀ, ਪੁੱਤਰਾਂ ਦੇ ਜਵਾਨੀ ਅਮਾਨੋ ਛਾ ਜੀ, ਬਿਸਮਿਲ੍ਲਾ। ਇਨਕਾਰ ਨਹੀਂ, ਸਿਰਫ ਫਕਤ ਸੋਚਿਆ, ਥੋੜ੍ਹਾ ਜਿਹਾ ਸੋਚਿਆ। ਅੱਲਾਹ ਅਕਬਰ, ਇਹਨਾਂ ਨੂੰ ਸਿਰਫ ਮੰਨਣ ਦਾ ਹੁਕਮ ਹੈ, ਇਹਨਾਂ ਨੂੰ ਜਾਂ ਉਹ ਜਾਣਦਾ ਜਾਂ ਉਹ ਇਹਨਾਂ ਨੂੰ ਜਾਣਦਾ, ਇਹ ਉਹਨੂੰ ਜਾਣਦੇ ਨੇ, ਬਸ ਸਾਨੂੰ ਮੰਨਣ ਦਾ ਹੁਕਮ ਹੈ। ਔਖੇ ਔਖੇ ਇਮਤਿਹਾਨ, ਕਿਸੇ ਨੂੰ ਅੱਗੇ ਸੱਟਿਆ ਗਿਆ, ਜੱਦੇ ਅੰਬੀਆ ਪੜ੍ਹੇ ਲਿਖੇ ਲੋਕ ਬੈਠੇ ਹੋ, ਚਲੋ ਹੁਣ ਗੱਲ ਮੈਨੂੰ ਇੱਕ ਕਰਨੀ ਪੈ ਗਈ। ਅੱਲਾਹੁ ਅਕਬਰ, ਹੈ ਤਾਂ ਮੈਨੂੰ ਜਲਦੀ ਲੇਕਿਨ ਗੱਲ ਮੈਨੂੰ ਕਰਨੀ ਪੈ ਗਈ। ਇਹ ਜਿੱਡਾ ਅੱਗੇ 'ਚ ਸੱਟਿਆ ਜੱਦੇ ਅੰਬੀਆ ਨੂੰ, ਜਨਾਬ ਇਬਰਾਹੀਮ ਅਲੈਹਿਸ ਸਲਾਮ ਅੱਗੇ ਸੱਟਿਆ, ਵੇਖੀ ਮੇਰੇ ਪਾਸੇ ਬਿਲਕੁਲ ਕੋਲ, ਇੱਧਰੋਂ ਸੱਟਿਆ ਤਾਂ ਮੀਲਾਂ 'ਚ ਅੱਗ ਲੱਗੀ। ਮੈਂ ਕਈ ਦਫ਼ਾ ਉਹ ਜਗ੍ਹਾ ਵੀ ਦੇਖੀ ਹੈ ਜਿੱਥੇ ਹੈ ਜ਼ਵਾਰ ਮੇਰੇ ਸਾਹਮਣੇ ਬੈਠੇ, ਅੱਗ ਲੱਗੀ ਮੀਲਾਂ ਦੇ ਵਿੱਚ ਸੱਟਿਆ, ਨਬੀ ਵੇਖਿਆ ਕਹਾਣੀ ਮੁੱਕ ਗਈ। ਪਰ ਮੈਂ ਖਾਲਕ ਬਸ ਤੇਰੀ ਜ਼ਾਤ ਬਚਾ ਸਕਦੀ, ਅੱਗੇ ਖਾਤਾ ਹੀ ਕੋਈ ਨਹੀਂ ਰਹਿ, ਖਤਮ। ਖਾਲਕ ਫਰਮਾਇਆ ਜਬਰਾਈਲ ਲੋ ਜੱਦੇ ਅੰਬੀਆ ਹਾਰ ਮੰਨੀ ਖਲੋ ਤਿਆ ਦਾ ਪਿਆ, ਬਸ ਖਤਮ ਹੋ ਗਈ, ਤੇਰੀ ਜ਼ਾਤ ਹੀ ਬਚਾ ਸਕਦੀ, ਛੇਤੀ ਕਰ ਚੋਲਾ ਲੈ ਜਾ, ਅੱਗ 'ਚ ਜਾਣ ਤੋਂ ਪਹਿਲਾਂ ਇਹਨੇ ਚੋਲਾ ਪਵਾ ਦੇ, ਅਤੇ ਆਖ ਅੱਲਾ ਪਿਆ ਫਰਮਾਉਂਦੇ ਹੁਣ ਖੈਰ ਏ। ਜਨਾਬ ਜਬਰਾਈਲ ਨੇ ਚੋਲਾ ਪਲਾਇਆ, ਛੇਤੀ ਛੇਤੀ ਬੋਲੀ ਜਿਹੜਾ ਛੇਤੀ ਮੈਂ ਪਿਆ ਪੜ੍ਹਦਾ, ਚੋਲਾ ਪਵਾ ਕੇ ਆਖਿਆ ਉਹ ਪਿਆ ਫਰਮਾਉਂਦਾ ਹੁਣ ਖੈਰ ਏ। ਫਰਮਾਇਆ ਜਬਰਾਈਲ ਚੋਲਾ ਤਾਂ ਮੈਂ ਅੱਗੇ ਵੀ ਪਾਇਆ, ਇਹ ਪਾ ਕੇ ਆਦਾ ਪਿਆ ਖੈਰ ਏ ਖੈਰ ਤੇ। ਫਰਮਾਇਆ ਉਹ ਪਿਆ ਫਰਮਾਉਂਦਾ ਸਾਰੇ ਇੱਕੋ ਜਿਹੇ ਨਹੀਂ ਬਣਾਈ ਦੇ, ਕਿੱਥੇ ਚਲੇ ਜਾਵਾਂ ਜਦੀ ਜ਼ੁਬਾਨ ਨਹੀਂ ਹਿਲਦੀ ਪਈ, ਕਿੱਥੇ ਚਲੇ ਜਾਵਾਂ ਮੈਂ, ਬਿਸਮਿਲ੍ਲਾ ਕਰਾਂ ਸਾਰੇ ਜੀ, ਬਿਸਮਿਲ੍ਲਾ, ਵੱਲ ਵੱਲ ਆਖਣ ਦਾ ਟਾਈਮ ਨਹੀਂ, ਅਗਲੀ ਸੁਣ ਲਓ, ਅਗਲੀ ਸੁਣ ਲਓ। ਹੈ ਅੱਲਾਹੁ ਅਕਬਰ, ਸਾਰੇ ਇੱਕੋ ਜਿਹੇ ਨਹੀਂ ਬਣਾਈ ਦੇ। ਜਨਾਬ ਜਬਰਾਈਲ ਚਲੇ ਗਏ, ਅੱਲਾ ਦਾ ਨਬੀ ਬਲਦੀ ਇਤਨੀ ਕੁ ਅੱਗ ਆਈ ਜ਼ਮੀਨ ਆਸਮਾਨ ਦੇ ਦਰਮਿਆਨ ਪਰਿੰਦਾ ਨਹੀਂ ਗੁਜ਼ਰ ਸਕਦਾ, 12 ਮੀਲਾਂ 'ਚ ਲੱਗੀ ਹੋਈ। ਕੁਰਾਨੇ ਪਾਕ ਪੜ੍ਹੇ ਲਿਖੇ ਲੋਕ ਬੈਠੇ ਹੋ, ਇਤਨੀ ਬਾਂਬੜ ਬਲੇ ਹੋਏ ਅੱਗ ਦੇ ਵਿੱਚ ਨਬੀ ਆ ਗਿਆ, ਹੈ ਅੱਗ ਬਲਦੀ ਪਈ, ਬਾਂਬੜ ਮੱਚੇ ਹੋਏ, ਨਬੀ ਸਕੂਨ 'ਚ, ਏ ਸੀ ਲੱਗੇ, ਠੰਡ ਪੈ ਰਹੀ, ਨਬੀ ਕਿਹਾ ਟਾਈਮ ਤਾਂ ਮਿਲ ਗਿਆ, ਮੈਂ ਬੰਦਾ ਵੇਖਣਾ ਹੈ ਜਿਹਦੀ ਜ਼ੁਬਾਨ ਨਹੀਂ ਹਿਲਦੀ। ਗੱਲ ਉਹਦੇ ਨਾਲ ਜਿਹਦੇ ਅੰਦਰ ਅਲੀ ਵਿਸਦਾ, ਠੰਡ ਅੱਗ ਬਲਦੀ ਦੇ ਵਿੱਚ ਭਾਂਬੜ ਮੱਚੇ ਹੋਣ ਇੱਥੇ, ਅਤੇ ਬੰਦਾ ਏ ਸੀ 'ਚ ਲੱਗਾ ਪਿਆ ਹੋਵੇ,
ਗੱਲ ਬਣਦੀ ਤਾਂ ਨਹੀਂ ਨਾ। ਅੱਲਾਹੁ ਅਕਬਰ, ਇਹ ਸ਼ਹਿਜ਼ਾਦੇ ਦਾ ਪਿੰਗ ਹੈ ਅਤੇ ਮੈਂ ਹੱਥ ਰੱਖ ਕੇ ਰਵਾਇਤ ਪੜ੍ਹਨ ਲੱਗਾ। ਜਨਾਬ ਜਬਰਾਏ ਚਲੇ ਗਏ ਅੱਗੇ 'ਚ, ਨਬੀ ਨਬੀ ਵੇਖਿਆ, ਉਸ ਆਖਿਆ ਟਾਈਮ ਤਾਂ ਮਿਲ ਗਿਆ ਅਤੇ ਚੋਲਾ ਉਧਰੋਂ ਆਇਆ ਅਤੇ ਆਖਿਆ ਹੁਣ ਖੈਰ ਹੀ ਖੈਰ ਹੈ, ਜਦ ਟਾਈਮ ਹੈ ਵਿਹਲੇ ਖਲੋਤੇ ਹਾਂ, ਵੇਖੀਏ ਤਾਂ ਸਹੀ ਇਹ ਬਲਦੀ ਅੱਗ 'ਚ ਏਸੀ ਕਿਵੇਂ ਲੱਗੇ ਹੋਏ। ਇਹ ਨਬੀ ਨੇ ਵੇਖੀ ਇੱਕ ਵਾਰੀ ਮੇਰੇ ਪਾਸੇ, ਇੱਥੋਂ ਚੋਲਾ ਨੱਪਿਆ ਅਤੇ ਨਬੀ ਵੇਦਾ 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 ਨਬੀ ਆਦਾ, ਜਿਹੜੇ ਵੇਲੇ ਮੈਂ ਚੋਲੇ ਦੇ ਸੀਨੇ 'ਤੇ ਦੀਦ ਕੀਤੀ ਹੈ ਅਤੇ ਉੱਥੇ ਮੁਰਸ਼ਦ ਅਲੀ ਦਾ ਨਾਂ ਲਿਖਿਆ। ਹਾਏ ਹਾਏ ਹਾਏ, ਜਵਾਨੀ ਮਾਣੇ ਜਵਾਨੀ ਮਾਣੇ, ਉਸੇ ਬੋਲਣਾ ਜਿਹਦਾ ਅੰਦਰ ਦਰੁਸ ਹੈ ਜੀ। ਬਿਸਮਿਲ੍ਲਾ ਕਰਾਂ, ਤੇਰੀ ਜ਼ਿੰਦਗੀ ਹੋਵੇ ਅਲੀ। ਇਹਨਾਂ ਲੇਟ ਬੜਾ ਖੜਾ ਕੀਤਾ, ਪਿੱਛੇ ਜਾ ਕੇ ਮੈਂ 2 ਵਜੇ ਸਿਆਲ। ਅੱਲਾਹੁ ਅਕਬਰ, ਤਵੱਜੋ ਦਾ ਤਾਲਿਬਾ, ਅੱਲਾ ਤੇਰੀ ਜ਼ਿੰਦਗੀ ਕਰੇ ਅੱਜ ਜਿਹਦੇ ਨਾਲ ਕਰ ਲਈਏ ਨਾ, ਉਹ ਧੀਆਂ ਪੁਣਦੇ ਨੇ ਅੱਗੇ ਖਲੋ ਕੇ। ਮੇਰੇ ਕੋਲ ਚਿੱਟੀ ਦਾੜੀ ਨਾਲ ਨਹੀਂ ਪੁਣਾਈਆਂ ਜਾਂਦੀ, ਮੈਂ ਓਨੀਆਂ ਕੀ ਕਰਨਾ ਜਿੰਨੀਆਂ ਕੁ ਪੜ੍ਹ ਲਾਂ। ਮੈਂ ਕਦੀ ਕਿਸੇ ਨੂੰ ਖਰਾਬ ਨਹੀਂ ਕੀਤਾ, ਨਾਰਾਜ਼ ਵੀ ਨਾ ਹੋਣਾ। ਤੁਹਾਡੇ ਵਿੱਚ ਹੀ ਮੇਰੀ ਜ਼ਿੰਦਗੀ ਗੁਜ਼ਰੀ ਹੈ, ਇਸ ਵਾਸਤੇ 2-4 ਗੱਲਾਂ ਹੋਰ ਇੱਕ ਬੈਣ। ਬੱਚਿਆਂ ਦੀ ਜ਼ਿੰਦਗੀ ਓਨੀ, ਪੁੱਤਰਾਂ ਦੇ ਸ਼ਾਰ ਓਨੀ। ਵੱਲਾ ਬਿੱਲਾ ਸੁਮਾ ਤੱਲਾ, ਕੁਰਾਨ 'ਚ ਕਸਮ ਹੈ 11 ਵਜੇ ਦਾ ਮੇਰਾ ਟਾਈਮ ਸੀ, ਟਾਈਮ ਵੇਖ ਲੈ ਆਇਆ ਮੈਂ 10 ਵਜੇ ਦਾ ਬੈਠਾ। ਤਵੱਜੋ ਦਾ ਤਾਲਿਬਾਂ, ਔਖੇ ਇਮਤਿਹਾਨ ਹੱਦ ਮੁੱਕਦੀ ਗਏ। ਇਹਨਾਂ ਤਮਾਮ ਨਬੀਆਂ ਦੇ ਵਿੱਚੋਂ ਇੱਕ ਬੜਾ ਸਾਬਰ ਨਬੀ ਗੁਜ਼ਰਿਆ, ਜਿਸ ਦੇ ਮੁਤਲਕ ਹੁਕਮ ਮਿਲੇ, ਅਯੂਬ ਅਲੈਹਿ ਸਲਾਮ। ਬਹੁਤ ਸਾਬਰ ਨਬੀ ਆਈ। ਅੱਲਾਹੁ ਅਕਬਰ, ਲੁਤਫ ਮੈਂ ਤੈਨੂੰ ਮਿੰਟਾਂ 'ਚ ਉਹ ਦੇ ਦੇਣਾ ਜਿਹੜਾ 1.5 ਘੰਟੇ 'ਚ ਦੇਣਾ। ਜੇ ਝੋਲੀ ਫਲਾਈ ਆ ਨੀਤ ਕੇ ਆਇਆ ਬੈਠਾ, ਮੈਂ 25 ਦਫ਼ਾ ਜਾ ਚੁੰਮ ਲਈ ਜਿੱਥੇ ਭੈਣ ਦਰੋਈਆਂ ਡੈਂਦੀ ਰਹੀ। ਤਹੱਜਤ ਗੁਜ਼ਾਰ ਬੰਦਾ ਮੈਂ, ਆਪਣੇ ਅਕੀਦੇ ਦਾ ਆਪ ਇਨਸਾਨ ਹਾਂ। ਬੱਚਿਆਂ ਦੀ ਜ਼ਿੰਦਗੀ ਓਨੀ, ਇਹ ਨਬੀ ਬੜਾ ਰਈਸ ਨਬੀ ਹੋਇਆ, ਬੜਾ ਨਵਾਬ ਨਬੀ। ਕਿਬਲਾ ਇਤਨਾ ਕੁ ਨਵਾਬ ਆਈ, ਬਜ਼ੁਰਗਾਂ ਨੂੰ ਪਤਾ ਹੈ ਜਿਹੜੇ ਯੰਗ ਮੈਨ ਪਾਰਟੀ ਬੈਠੀ ਨੌਜਵਾਨ, ਕਿ ਉਸ ਇਲਾਕੇ 'ਚ ਵਸਣ ਵਾਲਾ ਹਰ ਬੰਦਾ ਨਬੀ ਦੀ ਰਈਅਤ ਆਈ। ਬਾਗਾਤ, ਜ਼ਮੀਨਾਂ, ਮਾਲ ਨਬੀ ਦਾ ਇਤਨਾ ਕਹਾਈ ਜਵਾਨੀਆਂ ਮਾਣੇ ਕਿ 500 ਬੰਦਾ ਉਹ ਮਾਲ ਨੂੰ ਚਰੇਂਦਾ। ਅੱਗੇ ਆਪ ਅੰਦਾਜ਼ਾ ਲਾਵਿਆ, ਇਹ ਬੰਦੇ ਬੜੇ ਸਿਆਣੇ ਬੈਠੇ ਹੋ, ਗੁਜਰਾਤ ਨਹੀਂ ਸਮਝਣਾ ਤਾਂ ਹੋਰ ਮੈਨੂੰ ਕਿਸ ਸਮਝਣਾ। ਹੁਣ ਜਿਹੜੇ ਮਾਲ ਦਾ 500 ਬੰਦਾ ਚਰਾਵਾਇਆ ਹੋਵੇ, ਚਰਾਵਣ ਵਾਲਾ ਹੋਵੇ, ਬਾਦਸ਼ਾਹ ਉਹਦਾ ਮਾਲ ਪਤਾ ਨਹੀਂ ਕਿਤਨਾ ਕੁ ਹੋਵੇ। ਹੈਂ, ਅੱਲਾਹੁ ਅਕਬਰ। ਇਸ ਦੇ ਬਾਵਜੂਦ ਨਬੀ ਇਬਾਦਤ ਗੁਜ਼ਾਰ ਕਿਤਨਾ। ਅਨਾਜ ਪੱਕਿਆ, ਰਈਅਤ ਦਰਵਾਜ਼ੇ 'ਤੇ ਆਣ ਕੇ ਦਰਵਾਜ਼ਾ ਖੜ ਕੇ, ਬਾਦਸ਼ਾਹ ਤੇਰਾ ਅਨਾਜ ਪੱਕਿਆ, ਆਓ ਵੰਡ ਕਰੇ। ਨਬੀ ਫਰਮਾਇਆ ਜ਼ਿਆਦਤੀ ਕੀਤੀ ਨੇ, ਜਿਸ ਦਿੱਤਾ ਹਾਂ ਉਹਦੇ ਸਾਹਮਣੇ ਵੰਡ ਕਰ ਲੈਣੀ ਆਈ। ਹੋਏ 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 ਹੋਏ, ਮੈਂ ਤੈਨੂੰ ਕੁਛ ਪੈਗਾਮ ਦੇਵਣ ਲੱਗਾ, ਆਪਣਾ ਹਿੱਸਾ ਲੈ ਜਾਣਾ
ਮੇਰਾ ਲੈ ਆਉਣਾ। ਨਬੀ ਫਰਮਾਇਆ ਅਗਰ ਤੁਸੀਂ ਨਾ ਆਵੋ ਹਾ, ਇਹ ਜਿਹੜਾ ਵਕਤ ਤੁਹਾਡੇ ਨਾਲ ਮੇਰਾ ਗੱਲਾਂ 'ਚ ਗੁਜ਼ਰ ਗਿਆ, ਕਾਸ਼ ਇਹ ਵੀ ਉਹਦੀ ਇਬਾਦਤ 'ਚ ਗੁਜ਼ਰ ਜਾਂਦਾ। ਓਏ ਹੋਏ, ਹਰ ਬੰਦੇ ਦੇ ਮਿਜ਼ਾਜ ਦੀ ਮਜਲਸ ਨਹੀਂ ਹੈ। ਘਰ ਬਹਿ ਕੇ ਸੋਚੀ ਮੈਂ ਤੈਨੂੰ ਕੀ ਦੇ ਕੇ ਗਿਆ, ਕਾਸ਼ ਇਹ ਵੀ ਮੇਰਾ ਇਬਾਦਤ 'ਚ ਗੁਜ਼ਰ ਜਾਂਦਾ। ਅੱਲਾਹ, ਇੱਕੜੀ ਮਲਾਇਕਾ ਬੈਠ ਕੇ ਆਪਸ ਵਿੱਚ ਗੱਲਾਂ ਪੇ ਕਰਦੇ ਹਨ ਕਿ ਆਪਣੇ ਬੰਦੇ ਨੂੰ ਦਿੱਤਾ ਹੀ ਬਹੁਤ ਕੁਛ, ਹੁਣ ਜਿਹਨੂੰ ਇੰਨਾ ਕੁਛ ਦਿੱਤਾ ਉਹਨੇ ਤਾਂ ਪਰਵਾਹ ਹੀ ਨਹੀਂ ਕਿਸੇ ਸ਼ਾਇਦ ਦੀ, ਉਹਨੇ ਕਿਹੜਾ ਕੋਈ ਕਾਰੋਬਾਰ ਕਰਨਾ ਹੈ, ਇਤਨਾ ਕੁਛ ਦਿੱਤਾ ਹੈ, ਉਹਨੇ ਇਬਾਦਤ ਹੀ ਕਰਨੀ, ਹੋਰ ਉਸ ਦੀ ਕੀ ਕਰਨੀ। ਖਾਲਕ ਫਰਮਾਇਆ ਇਹ ਗੱਲ ਨਹੀਂ ਮੰਨਣ ਵਾਲੀ ਬਾਤ ਹੈ, ਮੈਂ ਆਪਣੇ ਬੰਦੇ ਨੂੰ ਬਹੁਤ ਕੁਛ ਦਿੱਤਾ, ਅੱਧੇ ਮਿੰਟ ਦੀ ਹੋਰ ਤਮਹੀਰ, ਲੇਕਿਨ ਅਯੂਬ ਮੇਰੀ ਇਬਾਦਤ ਇਸ ਵਾਸਤੇ ਨਹੀਂ ਕਰਦਾ ਜੋ ਮੈਂ ਉਸਨੂੰ ਜ਼ਿਆਦਾ ਦਿੱਤਾ ਹੈ। ਅਯੂਬ ਮੇਰੀ ਫਕਤ ਇਬਾਦਤ ਕਰਦਾ ਹੈ, ਉਹ ਜਾਣਦਾ ਹੈ ਲੈ ਕੇ ਇਬਾਦਤ ਹੀ ਮੈਂ ਹਾਂ। ਮਜਲਸ ਪੂਰੀ ਹੋ ਗਈ, ਜਿਹੜੇ ਜ਼ੁਬਾਨਾਂ ਬੋਲ ਪਈਆਂ ਜੀ ਬਿਸਮਿਲ੍ਲਾ ਕਰਾਂ, ਜੀ ਬਿਸਮਿਲ੍ਲਾ ਕਰਾਂ, ਇਹੋ ਤਾਂ ਗੱਲਾਂ ਨੇ ਬੋਲਣ ਵਾਲੀਆਂ, ਇਹੋ ਤਾਂ ਬਾਤਾਂ ਨੇ ਬੋਲਣ ਵਾਲੀਆਂ। ਬੇਨਿਆਜ ਯਕੀਨ ਹੈ, ਯਕੀਨ ਹੈ ਬੇਨਿਆਜ, ਲੇਕਿਨ ਵੇਖਣਾ ਚਾਹੁੰਦੇ। ਫਰਮਾਇਆ ਆਓ ਆਓ ਵਿਖਾਵਾਂ, ਡਰੋ ਨਹੀਂ, ਦੱਸੋ ਕਿਵੇਂ ਵਿਖਾਵਾਂ, ਗੱਲ ਛੇੜੀ ਨੇ ਨਾ, ਦੱਸੋ। ਬੇਨਿਆਜ ਆਪਣੇ ਬੰਦੇ ਨੂੰ ਬਹੁ ਕੁਝ ਦਿੱਤਾ ਹੀ, ਇਹ ਸਾਰਾ ਕੁਛ ਵਾਪਸ ਲੈ, ਤਨ ਦੇ ਕੱਪੜੇ, ਮੁਸੱਲਾ ਤੇ ਨਬੀ, ਤੇਰੀ ਇਤਨੀ ਇਬਾਦਤ ਕਰੇ ਸਾਬਰ ਸੜੇ ਸਾਂ। ਫਰਮਾਇਆ ਆਓ ਵਿਖਾਵਾਂ। ਬੇਨਿਆਜ਼ ਨੇ ਆਪਣੇ ਬੰਦੇ ਦਾ ਇਮਤਿਹਾਨ ਸ਼ੁਰੂ ਕੀਤਾ, ਥੋੜ੍ਹਾ ਜਿਹਾ ਉੱਚੀ ਕਰਦੀ, ਅੱਲਾ ਤੇਰੀ ਜ਼ਿੰਦਗੀ ਕਰੇ, ਤੇਰਾ ਸਾਊਂਡ ਬਹੁਤ ਅੱਛਾ ਚੱਲਦਾ ਲੇਕਿਨ ਮਾਮੂਲੀ ਜਾਓ। ਉਹ ਜਿਹੜਾ ਮਾਲ ਮੈਂ ਤੈਨੂੰ ਦੱਸਿਆ ਕਿ ਬਲਾ ਦੋ ਦਿਨਾਂ 'ਚ ਖਤਮ, ਮੈਨੂੰ ਹੁਣ ਰਵਾਇਤ ਦੇ ਜੁਮਲੇ, ਅੱਲਾਹੁ ਅਕਬਰ, ਰਈਆ ਤਾਂ ਕੇ ਦਰਵਾਜ਼ੇ ਤੇ ਰੁੰਨੀ। ਨਬੀ ਫਰਮਾਇਆ ਖੈਰ ਹੈ, ਖੈਰ ਕੋਈ ਨਹੀਂ, ਤੇਰਾ ਸਾਰਾ ਮਾਲ ਮਰ ਗਿਆ, ਇੱਕ ਦੁੰਬੀ ਦਾ ਬੱਚਾ ਨਹੀਂ ਬਚਿਆ। ਨਬੀ ਫਰਮਾਇਆ ਇਸ ਲਈ ਰੋਂਦੇ ਹੋ, ਬਾਦਸ਼ਾਹ ਇਸ ਲਈ ਰੋਂਦੇ, ਹਰ ਸ਼ੈ ਮੁੱਕ ਗਈ, ਖਤਮ ਹੋ ਗਿਆ। ਨਬੀ ਫਰਮਾਇਆ ਮੈਂ ਵੀ ਤੁਹਾਡੇ ਨਾਲ ਬੈਠ ਕੇ ਇੰਜ ਹੀ ਵੈਣ ਕਰਦਾ ਅਗਰ ਇਹ ਮਾਲ ਮੇਰਾ ਹੁੰਦਾ। ਮਜਲਸ ਪੂਰੀ ਕਰ ਦਿੱਤੀ, ਅਜੇ ਵਜਰਾ ਚੱਲਿਆ, ਤੁਹਾਡੇ ਬੱਚਿਆਂ ਦੀ ਜ਼ਿੰਦਗੀ ਹੋਣੀ ਜਵਾਨੀਆਂ। ਜੀ ਬਾਬਾ, ਜੀ ਬਾਬਾ, ਜੀ ਬਾਬਾ, ਭਲਾ ਉਹਨੇ ਤੁਹਾਡਾ, ਮੈਂ ਵੀ ਤੁਹਾਡੇ ਨਾਲ ਬੈਠ ਕੇ ਜੀ ਬਿਸਮਿਲ੍ਲਾ ਕਰਾਂ, ਨਮਾਜ਼ੀ ਚਿਹਰੇ ਬੋਲ ਪਏ, ਮੈਨੂੰ ਹੋਰ ਕੀ ਚਾਹੀਦਾ। ਮਜਲਸ ਪੈਗਾਮ ਦਾ ਨਾਮ ਹੈ, ਪੈਗਾਮ ਨਹੀਂ ਤਾਂ ਮਜਲਸ ਨਹੀਂ। ਮੈਂ ਨੌਜਵਾਨ ਨਸਲ ਨੂੰ ਕੁਛ ਦੇਣਾ ਪਿਆ, ਵਸੂਲ ਕਰ, ਬੜਾ ਪੁਰਾਣਾ ਨਿਆਜ਼ਮੰਦ ਆ ਤੁਹਾਡਾ, ਜਿਸ ਦਿੱਤਾ ਹਾ ਉਸ ਵਾਪਸ ਨਹੀਂ ਲਵਣਾ, ਮੈਂ ਉਸਦਾ ਸ਼ੁਕਰੀਆ ਅਦਾ ਪਿਆ ਕਰਨਾ। ਸਤਰ ਨਾ ਜ਼ਾਇਆ ਕਰੀ, ਉਹਦੇ ਦਿੱਤੇ ਹੋਏ ਮਾਲ 'ਚ ਮੈਂ ਖਿਆਨਤ ਨਹੀਂ ਕੀਤੀ। ਹਾਏ ਹਾਏ ਹਾਏ,
ਤੁਹਾਡੀ ਜ਼ਿੰਦਗੀ ਹੋ ਰਹੀ ਹੈ, ਤੁਹਾਡੇ ਪੁੱਤਰਾਂ ਦੇ ਛਾਰ ਹੋਣੀ। ਇਮਤਿਹਾਨ ਦਾ ਪਰਚਾ ਤੇਜ਼ ਹੋਇਆ। ਉਹ ਜਿਤਨੇ ਬਾਗਾਤ ਜ਼ਮੀਨਾਂ ਕੁਛ ਸ਼ੋਲੇ ਅੱਗ ਦੇ ਆਸਮਾਨ ਤੋਂ ਡੱਠੇ, ਕੁਛ ਜ਼ਮੀਨਾਂ 'ਚੋਂ ਨਿਕਲੇ। ਨਬੀ ਦੀ ਹਰ ਸ਼ੈ ਜਲ ਕੇ ਰਾਖ ਸੁਆਹ ਬਣ ਗਈ। ਓਏ ਹੋਏ, ਹਰ ਸ਼ੈ ਮੁੱਕ ਗਈ। ਰਈਅਤ ਆ ਕੇ ਦਰਵਾਜ਼ੇ ਤਰੁਨੀ, ਨਬੀ ਫਰਮਾਏ ਖੈਰੇ ਬਾਦਸ਼ਾਹ ਹੱਦ ਮੁੱਕ ਗਈ, ਖੈਰ ਕਈ ਖਤਮ, ਹਰ ਸ਼ੈ ਮੁੱਕ ਗਈ। ਇੱਕ ਦਾਣਾ ਅਨਾਜ ਦਾ ਨਹੀਂ ਬਚਿਆ। ਬੋਲੀ ਤੇਰੀ ਮਰਜ਼ੀ ਨਾ ਬੋਲੀ ਤੇਰੀ ਮਰਜ਼ੀ, ਜ਼ਿੰਦਗੀ ਮੇਰੀ ਤੇਰੇ ਵਿੱਚ ਪੜਦਿਆਂ ਗੁਜ਼ਰ ਗਈ ਹੈ। ਜਿੱਦਾਂ ਆਖਿਆ ਇੱਕ ਦਾਣਾ ਨਹੀਂ ਬਚਿਆ, ਨਬੀ ਸਜਦੇ 'ਚ ਝੜਿਆ ਔਰ ਸਜਦੇ 'ਚ ਝੜ ਕੇ ਨਬੀ ਨੇ ਇੱਕ ਜੁਮਲਾ ਆਖਿਆ, ਬੇਨਿਆਜ਼ ਅੱਜ ਤੱਕ ਆਪਣੇ ਬੰਦੇ ਨੂੰ ਜੋ ਕੁਛ ਦਿੱਤਾ ਹੀ, ਮੈਂ ਇਸ ਦਾ ਵੀ ਸ਼ੁਕਰੀਆ ਅਦਾ ਕਰਨਾ, ਅੱਜ ਆਪਣਾ ਵਾਪਸ ਲੈ ਲਿਆ ਹੀ, ਮੈਂ ਇਸ ਦਾ ਵੀ ਸ਼ੁਕਰੀਆ ਅਦਾ ਕਰਨਾ। ਤੁਹਾਡਾ ਭਲਾ ਹੋਵੇ, ਤੁਹਾਡੇ ਪੁੱਤਰਾਂ ਦੇ ਜਵਾਨੀਆਂ ਮਾਣੇ, ਮੈਂ ਬਿਸਮਿਲ੍ਲਾ ਕਰਾਂ ਚਾ, ਭਲਾ ਹੋਵੇ। ਐਡਾ ਬੜਾ ਹਿੱਸਾ ਦੇ ਛੋੜਿਆ ਜੇ ਜਵਾਨੀ ਨਸੀਬ ਹੋਵੇ ਚਾ। ਮਲਾਇਕਾ ਤੜਪੇਨ, ਬੜਾ ਸਾਬਰ ਏ। ਫਰਮਾਇਆ ਗੱਲ ਨਾ ਛੇੜਨੀ, ਗੱਲ ਛੇੜੀ ਆਓ ਅੱਗੇ ਵੀ ਖਾਵਾਂ। ਹਾਏ ਹਾਏ, ਬੇਨਿਆਜ਼ ਅੱਗੇ ਕੁਛ ਰਹਿ ਗਿਆ? ਫਰਮਾਇਆ ਬਹੁਤ ਕੁਛ ਹੈ, ਆ। ਫਿਰ ਨਬੀ ਖੁਦ ਬਿਮਾਰ, ਜਿਹੜੇ ਕੋਈ ਚਾਰ ਪੈਸੇ ਹਨ ਇਲਾਜ ਤਾਂ ਖਤਮ। ਇਮਤਿਹਾਨ ਦਾ ਪਰਚਾ ਬਹੁਤ ਤੇਜ਼ ਹੋਇਆ। ਕੁਛ ਮੁਰਖੀਨ ਨੇ ਨਬੀ ਦੇ ਪੁੱਤਰ 18 ਲਿਖੇ, ਕਈਆਂ 16, ਕਈਆਂ 12। ਇਸ ਨਾਲ ਮੇਰਾ ਮਕਸਦ ਨਹੀਂ, ਜਿਤਨੇ ਵੀ ਹਨ, ਇਮਤਿਹਾਨ ਦਾ ਪਰਚਾ ਇਤਨਾ ਕੁ ਤੇਜ਼ ਹੋਇਆ। ਜਵਾਨੋ, ਇੱਕ ਪੁੱਤਰ ਨੂੰ ਨਬੀ ਦਫਨਾ ਕੇ ਆਉਂਦਾ ਤਾਂ ਦੂਸਰੇ ਦਾ ਮਈਅਤ ਨਬੀ ਦੇ ਸਾਹਮਣੇ ਪਿਆ। ਹਾਏ, ਕਰਨਾ ਸੌਖਾ ਹੈ, ਜਿਸ 'ਤੇ ਗੁਜ਼ਰ ਜਾਏ ਪਤਾ ਉਸ ਨੂੰ। ਜਿਹੜਾ ਸਾਰਿਆਂ ਤੋਂ ਛੋਟਾ ਪੁੱਤਰ ਆਈ, ਉਹ ਵੀ 25 ਸਾਲ ਦਾ, ਉਹ ਵੀ ਜਵਾਨ ਆ। ਆਖਰੀ ਪੁੱਤਰ ਨੂੰ ਦਫਨਾ ਕੇ ਨਬੀ ਮੁਸੱਲੇ 'ਤੇ ਆ ਬੈਠੇ। ਜਿਸ ਮੇਰੀ 70 ਜ਼ਾਇਆ ਕੀਤੀ, ਉਸ ਅਲਵੀ ਦਾ ਕਤਲ ਕੀਤਾ। ਜ਼ਾਕਰੀ ਦੁਨੀਆ 'ਚ ਬੜਿਆਂ ਬੜਿਆਂ ਮਜ਼ਮੂਨ ਪੜ੍ਹਿਆ ਹੈ, ਸੁਣ ਕੇ ਪੜ੍ਹਿਆ ਹੈ, ਫਿਰ ਵੀ ਪੜ੍ਹਨ ਨਹੀਂ ਹੋਇਆ। ਮੈਂ ਮੁੱਲ ਤੇਰੇ ਕੋਲੋਂ ਅੱਜ 70 ਇਸ ਦਾ ਮੰਗਣਾ। ਆਖਰੀ ਪੁੱਤਰ ਦਫਨਾ ਕੇ ਮੁਸੱਲੇ 'ਤੇ ਨਬੀ ਆ ਬੈਠੇ ਔਰ ਨਬੀ ਦੁਆ ਦੇ ਹੱਥ ਬੁਲੰਦ ਕਰਕੇ ਫਰਮਾਇਆ, ਬੇਨਿਆਜ਼ ਜਿਤਨਾ ਕੁਛ ਦਿੱਤਾ ਹੀ, ਤੇਰੇ ਸਾਰੇ ਦਿੱਤੇ ਹੋਏ ਮਾਲ ਵਿੱਚੋਂ ਇਹ ਮੇਰਾ ਬੜਾ ਕੀਮਤੀ ਮਾਲ ਆਈ। ਬੜਾ ਵਕਤ ਲੱਗਦਾ ਹਾਂ ਇਸ ਮਾਲ ਦੀ ਦੇਖਭਾਲ 'ਚ, ਇਸ ਮਾਲ ਨਾਲ ਪਿਆਰ ਕਰਦਿਆਂ, ਮੁਹੱਬਤ ਕਰਦਿਆਂ। ਬੇਨਿਆਜ਼ ਤੇਰੀ ਮਿਹਰਬਾਨੀ ਮੇਰਾ ਇਹ ਵੀ ਵਕਤ ਬਚਾ ਲਿਆ, ਤੇਰੀ ਇਬਾਦਤ ਦਾ ਲੁਤਫ ਹੁਣ ਆਸੀ, ਹੁਣ ਤੁਸੀਂ ਹੋ ਸੋ ਤੇ ਮੈਂ ਹੋ ਸਾ। ਹਾਏ 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 ਹਾਏ, ਜੀ ਬਾਬਾ ਜੀ, ਬਿਸਮਿਲ੍ਲਾ ਕਰਾਂ, ਹੁਣ ਤੇਰੀ ਇਬਾਦਤ ਦਾ ਲੁਤਫ ਆਸੀ, ਹੁਣ ਤੁਸਾਂ ਉਸੋ ਤਾਂ ਮੈਂ ਆਸਾਂ। ਨਬੀ ਤੜਪ ਗਏ, ਏਡਾ ਸਾਬਿਰ, ਪਰ ਮੈਂ ਗੱਲ ਨਹੀਂ ਛੇੜਨੀ, ਛੇੜੀ ਨੇ, ਆਓ ਅੱਗੇ।
ਬੇਨਿਆਜ਼ ਕੁਛ ਬਚ ਗਿਆ ਹੈ? ਫਰਮਾਇਆ ਵੇਖਦੇ ਆਓ, ਹਰ ਸ਼ੈ ਮੁੱਕ ਗਈ, ਤਨ ਦੇ ਕੱਪੜੇ, ਮੁਸੱਲਾ ਤੇ ਨਬੀ, ਸਤਰਾਂ ਦਾ ਜ਼ਿੰਮੇਦਾਰ ਬੰਦਾ ਮੈਂ ਹੁਣ, ਬਾਲ ਨਹੀਂ ਹਵਾ 'ਚ ਤੀਰ ਮਾਰਾਂ, ਜਿਹੜੀ ਸਤਰ ਪੜਸਾਂ ਜ਼ਿੰਮੇਦਾਰ ਹਾਂ, ਧੀਆਂ ਦੇ ਪਰਦੇ ਹੋਣੇ, ਤਨ ਦੇ ਕੱਪੜੇ, ਮੁਸੱਲਾ ਜਵਾਨੀਆਂ ਮਾਣੇ, ਖਿਜ਼ਰ ਦੀਆਂ ਉਮਰਾਂ ਹੋਣੀ, ਘਰ 'ਚ ਰਹਿਮਤਾਂ ਦੇ ਨਜ਼ੂਲ ਹੋਣੇ ਤੇ ਨਬੀ, ਚਾਰ ਬੀਵੀਆਂ, ਤਿੰਨ ਨਬੀ ਕੋਲ ਆਖ ਲੀਆਂ, ਬਾਦਸ਼ਾਹ ਸਾਡਾ ਤੇਰੇ ਨਾਲ ਗੁਜ਼ਾਰਾ ਨਹੀਂ ਹੁੰਦਾ। ਨਬੀ ਫਰਮਾਇਆ ਸੱਜਣ ਵਸਦਿਆਂ ਦੇ ਹੁੰਦੇ, ਹਾਏ ਆਹ ਤੁਹਾਡਾ ਭਲਾ ਹੋਵੇ, ਆਹ ਤੁਹਾਡੀ ਜ਼ਿੰਦਗੀ ਹੋਵੇ, ਆਹ ਜਵਾਨੀ ਆ ਮਾਣੋ। ਸੱਜਣ ਵਸਦਿਆਂ ਦੇ ਹੁੰਦੇ, ਉਜੜਾਂ ਦਾ ਕੌਣ ਹੁੰਦਾ ਹੈ? ਸੋਹਣਾ ਵਕਤ ਹੀ ਗੁਜ਼ਰ ਗਿਆ, ਜਾ ਸਕਦੀਆਂ ਤਰਾਏ ਟੁਰੀਆਂ। ਚੌਥੀ ਨੂੰ ਨਬੀ ਸਦਾਇਆ, ਫਰਮਾਇਆ ਬੀਵੀ ਜੀ ਬਾਦਸ਼ਾਹ ਕਰੀਬ ਆਓ, ਜ਼ਿੰਦਗੀ ਹੋਵੇ, ਇਮਾਮ ਹੁਸੈਨ ਜ਼ਿਆਦਾ ਇੱਜ਼ਤ ਦੇ, ਭਲਾ ਹੋਵੇ, ਜਵਾਨੀਆਂ ਮਾਣੋ। ਚੌਥੀ ਨੂੰ ਨਬੀ ਸਦਾਇਆ, ਬੀਵੀ ਜੀ ਬਾਦਸ਼ਾਹ ਇਹਨਾਂ 'ਤੇ ਨਾਰਾਜ਼ ਹਾਂ, ਤੇਰੇ 'ਤੇ ਰਾਜ਼ੀ ਹਾਂ, ਮੇਰਾ ਵਕਤ ਔਖਾ ਹੈ, ਜਾਂ ਤੂੰ ਵੀ ਚਲੀ ਜਾ, ਮੈਂ ਤੇਰੇ 'ਤੇ ਰਾਜ਼ੀ ਹੋ ਕੇ ਆਉਂਦਾ ਪਿਆ, ਜਾ। ਕਦਮਾਂ 'ਤੇ ਹੱਥ ਲਾ ਕੇ ਆਦੀ ਬਾਦਸ਼ਾਹ ਜਿਹੜੀਆਂ ਟੁਰ ਗਈਆਂ, ਉਹ ਹੋਰ ਹਨ, ਮੈਂ ਹੋਰ ਹਾਂ। ਮੈਂ ਨਬੀ ਦੇ ਖਾਨਦਾਨ ਦੇ ਵਿੱਚੋਂ ਹਾਂ, ਤੇਰੀ ਸੋਚ ਤੋਂ ਪਹਿਲਾਂ ਮੈਂ ਬਰ ਛੋੜਨ ਲੱਗਾ, ਇੰਤਜ਼ਾਰ ਹੀ ਜਿਹੜਾ ਖਤਮ ਹੋ ਗਿਆ, ਮੇਰੇ ਨਾਲੋਂ ਢੇਰ ਅੱਛਾ ਪੜਨ ਵਾਲਾ, ਮੌਲਾ ਜ਼ਿੰਦਗੀ ਕਰੇ, ਅੱਲਾਹੁ ਅਕਬਰ। ਮੈਂ ਨਬੀ ਦੇ ਖਾਨਦਾਨ ਦੇ ਵਿੱਚੋਂ ਹਾਂ, ਮੈਂ ਯੂਸਫ ਨਬੀ ਦੀ ਪੋਤਰੀ ਹਾਂ, ਜੇ 70 ਆਖਣ ਲੱਗਾ, ਜੇ ਜ਼ਾਇਆ ਨਾ ਕਰਦੇ ਮੈਂ, ਆ ਬਾਣੀ ਬੈਠਾ ਇਹਨਾਂ ਦੇ ਆਖਣ 'ਤੇ ਮੈਂ 70 ਪੜਨ ਲੱਗਾ, ਇਹ ਮਜ਼ਮੂਨ ਦਾ ਇਹਨਾਂ ਹੁਕਮ ਦਿੱਤਾ। ਅੱਲਾਹੁ ਅਕਬਰ, ਧੀਆਂ ਦੇ ਪਰਦੇ ਉਹਨੇ ਮੁੱਲ ਪਾਵਣ ਵਾਲੇ ਲੋਕ ਬੈਠੇ ਹੋ, ਤੂੰ ਵੀ ਚਲੀ ਜਾ, ਅਜੇ ਮੈਂ ਨਬੀ ਦੇ ਖਾਨਦਾਨ ਦੇ ਵਿੱਚੋਂ, ਯੂਸਫ ਨਬੀ ਦੀ ਪੋਤਰੀ ਹਾਂ, ਜਿਵੇਂ ਗੁਜ਼ਰੀ ਤੇਰੇ ਨਾਲ ਗੁਜ਼ਾਰਦੇ ਸਾਂ। ਨਬੀ ਫਰਮਾਇਆ ਕਿਉਂ ਨਹੀਂ ਵਹਿੰਦੀ? ਫਰਮਾਇਆ ਬਾਦਸ਼ਾਹ ਜਿਹੜਾ ਡੋਲੀ ਉੱਠੀ ਆਈ, ਮਿੰਨਾ ਤਲਵੀ ਕੀਤੀ ਕਦਾ ਹੀ ਨਹੀਂ, ਅੱਜ ਹੱਥ ਜੋੜਦਾ ਪਿਆ, ਮੇਰੀ 70 ਜ਼ਾਇਆ ਕਰੀ। ਜੱਡਾਂ ਡੋਲੀ ਉੱਠੀ ਆਈ ਅਤੇ ਟੁਰਦੇ ਵੇਲੇ ਮੇਰੇ ਪਿਓ ਨੇ ਮੇਰੇ ਨਾਲ ਇੱਕੋ ਗੱਲ ਕੀਤੀ ਆਈ, ਮੇਰੇ ਬਾਪ ਨੇ ਆਖਿਆ ਬੇਟਾ ਇੱਕੋ ਗੱਲ ਕਰਨੀ ਹੈ, ਨਬੀ ਜਿਹੜੀ ਹਾਲਤ 'ਚ ਹੋਵੇ ਉਹ ਨਬੀ ਹੁੰਦਾ ਹੈ, ਨਬੀ ਨੂੰ ਹਿਸਿਆਨ ਨਹੀਂ ਹੁੰਦਾ। ਤੇਰੀ ਜ਼ਿੰਦਗੀ ਹੋਵੇ, ਤੇਰੇ ਪੁੱਤਰਾਂ ਦੇ ਸ਼ਾਰ ਹੁੰਦੇ, ਮੇਰੀ ਮਜਲ ਜੀ ਪੈਗਾਮ ਹੀ ਜਵਾਨੀ ਆ ਮਾਣੇ ਸਾ, ਮਜਲ ਸੀ ਪੂਰੀ ਹੋ ਗਈ ਹੈ, ਬੱਚਿਆਂ ਦੀ ਜ਼ਿੰਦਗੀ ਹੋ, ਨਬੀ ਜਿਹੜੀ ਹਾਲਤ 'ਚ ਹੋਵੇ ਉਹ ਨਬੀ ਹੁੰਦਾ, ਨਬੀ ਨੂੰ ਹਿਜ਼ਿਆਨ ਨਹੀਂ ਆਉਂਦਾ। ਆਪਣੇ ਤੋਂ ਜੁਦਾ ਨਾ ਕਰੀ, ਘਰ ਜਾ ਕੇ ਮੁਤਮਿਨ ਹੋ ਕੇ ਬੈਠੀ, ਸੋਚੀ ਮੈਂ ਤੈਨੂੰ ਕੀ ਦੇ ਗਿਆ, ਆਪਣੇ ਤੋਂ ਜੁਦਾ ਨਾ ਕਰੀ, ਸੀ ਮੈਂ ਨਾ ਕਰੇ ਸਾਂ। ਬਜ਼ੁਰਗੋ, ਪਿਓ ਦੀ ਮਾਂ ਨਾ ਦਿਓ, ਬੱਚਿਆਂ ਤੁਹਾਡੇ, ਇਸ ਗੱਲ ਦੀ ਦੁਆ ਵੀ ਦਾਤ ਵੀ ਤੁਹਾਡੇ ਕੋਲੋਂ ਲੈਣੀ ਚਾਹੁੰਦਾ, ਆਪਣੇ ਤੋਂ ਜੁਦਾ ਨਾ ਕਰੀ, ਸੀ ਮੈਂ ਨਾ ਕਰੇ ਸਾਂ। ਨਬੀ ਫਰਮਾਇਆ ਬੀਵੀ ਅਗਰ ਨਹੀਂ ਵਹਿੰਦੀ, ਮੈਂ ਤੈਨੂੰ ਸ਼ੋਹਰ ਹੋਣ ਦੇ ਨਾਤੇ ਹੁਕਮ ਦੇਣਾ, ਉਹ ਜਿਹੜੀਆਂ ਤੇਰੀਆਂ ਕਨੀਜ਼ਾਂ ਤੇਰੇ ਦਰਵਾਜ਼ੇ 'ਤੇ ਬਹਾਰ ਹੀ ਦੇਂਦੀਆਂ,
ਤੇਰੇ ਬਰਤਨ ਧੋਂਦੀਆਂ ਜੀ ਬਾਦਸ਼ਾਹ, ਜਾ ਉਹਨਾਂ ਦੇ ਬੂਹੇ 'ਤੇ ਜਾ ਕੇ ਮਜ਼ਦੂਰੀ ਮੰਗ। ਹਾਏ ਹਾਏ, ਤੁਹਾਡਾ ਭਲਾ ਹੋਵੇ, ਤੁਹਾਡਾ ਭਲਾ ਹੋਵੇ। ਜਵਾਨੀਆਂ ਮਾਣ, ਮੈਂ ਬਿਸਮਿਲਲਾ ਕਰਾਂ ਜੀ। ਮਰਕਜ਼ ਹੈ ਗੁਜਰਾਤ ਦਾ ਜਿਹੜਾ ਬੈਠੇ ਹੈ, ਇਮਤਿਹਾਨ ਦਾ ਪਰਚਾ ਇਤਨਾ ਤੇਜ਼। ਕਨੀਜ਼ਾਂ ਦੇ ਬੂਹੇ 'ਤੇ ਮੇਰਾ ਸਰਦਾਰ, ਕਨੀਜ਼ਾਂ ਦੇ ਬੂਹੇ 'ਤੇ ਸਰਦਾਰ ਜ਼ਾਦੀ ਨੇ ਆਣ ਕੇ ਆਖਿਆ, ਮਾਈਆਂ ਕਿਤੇ ਬਰਤਨ ਮੰਜਵਾਵਣੇ ਹੋਵੇਣ, ਮਾਂਜਦੇ ਨਹੀਂ ਆ। ਤੁਹਾਡੇ ਘਰ ਦੇ ਜਿਹੜੇ ਕੰਮ ਹਨ ਮੈਂ ਕਰਦੇ ਸਾਂ। ਫਰਮਾਇਆ, ਅਗਰ ਇਸ ਦੀ ਉਜਰਤ ਮੈਨੂੰ ਪੈਸੇ ਨਾ ਉਹਨਾਂ ਦੇ ਸਕਦੀਆਂ ਤਾਂ ਨਾ ਦਿੱਤੀ ਕਰੋ। ਜਿੱਦਾਂ ਉੱਠੀ ਕੰਮ ਕਰਕੇ ਘਰ ਨੂੰ ਟੁਰਾਂ, ਮੈਨੂੰ ਦੋ ਰੋਟੀਆਂ ਦੇ ਦਿੱਤੀ। ਚੰਦ ਦਿਹਾੜੇ ਸਿਲਸਿਲਾ ਚੱਲਿਆ, ਉਹਨਾਂ ਦੇ ਮਰਦਾਂ ਨੂੰ ਪਤਾ ਲੱਗਾ। ਉਹਨਾਂ ਆਪਣੇ ਘਰਾਂ 'ਚ ਪੁੱਛਿਆ, ਅਸਾਂ ਸੁਣਿਆ ਅਯੂਬ ਨਬੀ ਦੀ ਬੀਵੀ ਸਾਡੇ ਘਰ ਕੰਮ ਕਰੇਂਦੀ, ਬੁਰਕਾ ਪਾ ਕੇ ਬੀਵੀ ਉਹਨਾਂ ਦੇ ਘਰ 'ਚ ਕੰਮ ਕਰੇਂਦੀ। ਆਦੇ ਜੀ ਆ ਕਰੇਂਦੀ, ਕੱਲ੍ਹ ਤੋਂ ਨਾ ਆਵੇ। ਉਹ ਕੁਝ ਮੰਗਦੀ ਤਾਂ ਨਹੀਂ, ਦੋ ਰੋਟੀਆਂ ਬੰਦਾ ਫਕੀਰ ਨੂੰ ਨਹੀਂ ਦਿੰਦਾ। ਆਦੇ ਇਹ ਗੱਲ ਨਹੀਂ, ਨਬੀ ਨੂੰ ਬਿਮਾਰੀ ਬੜੀ ਔਖੀ ਲੱਗੀ, ਇਹ ਨਬੀ ਦੇ ਘੋਰ ਰਾਂਦੀ ਮਤਾਂ ਉਹ ਜਰਾਸੀਮ ਸਾਡੇ ਘਰਾਂ ਤੱਕ ਪਹੁੰਚਿਆ। ਰੋਵੀਂ ਭਾਵੇਂ ਨਾ ਰੋਵੀਂ, ਜਿਹੜੇ ਦਰਵਾਜ਼ੇ 'ਤੇ ਸਵੇਰੇ ਬੀਬੀ ਆਈਏ, ਮਸਤੂਰਾਂ ਦੇਖ ਕੇ ਬੂਹੇ ਬੰਦ ਕਰ ਲਏ, ਕਨੀਜ਼ਾਂ ਵੇਖ ਕੇ ਬੂਹੇ ਬੰਦ ਕਰ ਲਏ। ਬੀਬੀ ਫਰਮਾਇਆ, ਮਾਈਆਂ ਕੋਈ ਮੇਰਾ ਕਸੂਰ ਦੱਸੋ ਨਾ। ਬੀਬੀ, ਸਾਡੇ ਘਰ ਨਾ ਆਇਆ ਕਰ, ਸਾਡੇ ਘਰਾਂ 'ਚ ਝਗੜੇ ਬਣਦੇ। ਸ਼ਾਮੀ ਨਬੀ ਦੇ ਕੋਲ, ਨਬੀ ਫਰਮਾਇਆ, ਬੀਵੀ ਕੁਝ ਮਿਲਿਆ ਹੀ ਨਹੀਂ ਵੇ ਬਾਦਸ਼ਾਹ, ਇਮਤਿਹਾਨ ਦਾ ਪਰਚਾ ਬੜਾ ਤੇਜ਼ ਹੋ ਗਿਆ। ਅੱਜ ਤਾਂ ਮੇਰੀਆਂ ਕਨੀਜ਼ਾਂ ਬੂਹੇ ਬੰਦ ਕਰ ਲਏ, ਮਰ ਜਾਣ ਦਾ ਮੁਕਾਮ ਹੈ। ਫਰਮਾਇਆ, ਉਹ ਜਾਣੇ ਜਿਵੇਂ ਉਹ ਰਾਜ਼ੀ, ਉਂਝੇ ਅਸਾਂ ਰਾਜ਼ੀ। ਰਾਤੀ ਚੰਦ ਰਈਸ ਇਕੱਠੇ ਹੋ ਕੇ, ਦਕੁਲ ਬਾਬ ਕੌਣ, ਫਲਾਂ ਫਲਾਂ ਭਾਈ ਕਿਵੇਂ ਆਇਓ, ਸ਼ਹਿਰ ਛੋੜ ਦੇ। ਨਬੀ ਫਰਮਾਇਆ, ਰਾਤ ਜਿਹੜੇ ਪੁੱਤਰ ਸਹਾਰਾ ਦਿੰਦੇ ਹਨ ਸਾਰੇ ਮਰ ਗਏ। ਅੱਜ ਦੀ ਰਾਤ ਗੁਜ਼ਾਰਨ ਦਿਓ, ਨੀ ਚੜਸੀ ਮੈਂ ਤੁਹਾਨੂੰ ਇੱਥੇ ਨਾ ਮਿਲ ਸਾਂ। ਉਹਨਾਂ ਕਿਉਂ ਹੁਣੇ ਟੁਰਨ ਤਾਂ ਗੁਸਤਾਖੀ ਕਰੇ ਸਾਂ। ਨਬੀ ਬੀਵੀ ਨੂੰ ਦੇਖ ਕੇ ਆਦਾ, ਬੀਵੀ ਮੈਨੂੰ ਸਹਾਰਾ ਦੇ ਕੇ ਰਈਅਤ ਤਾਂ ਦੂਰ ਲੈ ਜਾ, ਇਨਸ਼ਾਅੱਲਾ ਕਿਸੇ ਦੀ ਰਈਅਤ ਨਾ ਫਿੱਟੇ। ਉਹ ਬੰਦਾ ਆਇਆ ਹੀ ਨਹੀਂ ਜਿਸ ਬੰਦੇ ਦੀ ਹਾਏ ਨਾ ਨਿਕਲੇ, ਬੀਬੀ ਸਹਾਰਾ ਦਿੱਤਾ ਹੈ। ਇੱਕ ਕਦਮ ਨਬੀ ਚਾਹੀਦਾ ਹੈ, ਸੱਤ ਵਾਰੀ ਆਪਣੇ ਘਰ ਨੂੰ ਵੇਖਦਾ ਹੈ। ਬੀਬੀ ਆਦੀ, ਵੇ ਬਾਦਸ਼ਾਹ ਟੁਰਦਾ ਨਹੀਂ, ਇੱਕ ਕਦਮ ਚਾਹ ਕੇ ਕਈ ਕਈ ਵਾਰੀ ਘਰ ਨੂੰ ਵੇਖਦਾ ਹੈ। ਫਰਮਾਇਆ, ਬੀਬੀ ਮੈਂ ਇੱਥੇ ਵਸਦਾ ਰਿਹਾ, ਜਿੱਥੇ ਕੋਈ ਵਸਿਆ ਹੋਵੇ ਜਾ, ਬੜੀ ਪਿਆਰੀ ਲੱਗਦੀ ਹੈ। ਸਦਕ ਵੰਜਾ ਹੁਸੈਨ ਤੇਰੀਆਂ ਭੈਣਾਂ ਤੋਂ, ਜਿਹੜੀ ਅੱਜ ਰਾਤ ਦੇ ਵੇਲੇ ਆਦੀ ਆਈ, ਨਾਨਾ ਤੇਰਾ ਦੀਨ ਬਚ ਜਾਏ, ਮੈਂ ਧੀਆਂ ਰੋਂਦੀਆਂ ਛੋੜੀਆਂ। ਐ ਮਿਆਰ ਤੇਰਾ, ਐ ਮਿਆਰ ਤੇਰਾ, ਐ ਮਿਆਰ ਤੇਰਾ, ਉਹ ਜਵਾਨੀਆਂ ਮਾਣੇ, ਉਹ ਤੁਹਾਡਾ ਭਲਾ ਹੋਵੇ, ਪੁੱਤਰਾਂ ਦੇ ਸ਼ਾਹ ਰੋਨੀ, ਉਹ ਜਵਾਨੀ ਨਸੀਬ ਹੋਵੇ ਜੀ। ਬਾਬਾ ਬਿਸਮਿਲਲਾ ਕਰਾਂ, ਜੀ ਆਖਾਂ, ਜੀ ਆਖਾਂ, ਜੀ ਆਖਾਂ, ਜਵਾਨੀਆਂ ਮਾਣੇ। ਜ਼ਿਆਦਾ ਪੜ ਗਿਆ, ਇੱਕ ਵਾਰ ਸੁਣ ਲਏ।
ਸੱਤ ਅੱਠ ਮੀਲ ਦੂਰ ਸ਼ਹਿਰ ਤੋਂ ਚਾਰ ਰਸਤੇ ਫੁੱਟਦੇ ਹਨ। ਮੈਂ ਉਸ ਮੁਕਾਮ 'ਤੇ ਵੀ ਕਾਫੀ ਦਫਾ ਗਿਆ। ਇਹਦੇ ਨਾਲ ਇੱਕ ਖਜੂਰ ਦੇ ਪੱਤਰਾਂ ਦੀ ਝੌਂਪੜੀ ਆਈ। ਇਹ ਜਿਹੜੀ ਮਾਲ ਚਰਾਂ ਬਣਾ ਲਿਆ ਬਣਾਈ ਹੋਈ ਆਈ, ਦੁਪਹਿਰ ਦੇ ਵੇਲੇ ਝੱਟ ਥਾਈਂ ਬਾਂਧਦੇ ਆਏ, ਕੋਈ ਖਾਵਣ ਪੀਵਣ ਦਾ ਸਮਾਨ ਤਾਂ ਇੱਥੇ ਝੱਟ ਸਾਹ ਕੱਢਦੇ। ਨਬੀ ਉੱਥੇ ਲੈ ਆਈ, ਰਾਤ ਗੁਜ਼ਰ ਗਈ, ਦੇਹ ਚੜਿਆ। ਬੀਬੀ ਫਰਮਾਇਆ ਵੀ ਬਾਦਸ਼ਾਹ ਇੱਥੇ ਮਜ਼ਦੂਰੀ ਕੋਈ ਨਹੀਂ ਦਿੰਦਾ, ਹੁਣ ਫਾਕੇ 'ਚ ਮੈਨੂੰ ਦੱਸੋ ਮੈਂ ਕੀ ਕਰਾਂ। ਨਬੀ ਫਰਮਾਇਆ ਬੀਬੀ ਆਹ ਜਿਹੜੇ ਚਾਰ ਰਸਤੇ ਉਹ ਸਾਹਮਣੇ, ਹਾਂ ਉੱਥੇ ਚਲੀ ਜਾ। ਬਾਦਸ਼ਾਹ ਮੈਂ ਉੱਥੇ ਕਿਉਂ ਜਾਵਾਂ, ਮੈਂ ਪਰਦੇਦਾਰ ਹਾਂ। ਵਾਹ ਕਰੋੜਾਂ ਸਲਾਮ ਆ ਤੁਹਾਨੂੰ, ਕਰੋੜਾਂ ਸਲਾਮ ਆ ਤੇਰੇ ਸਮਝਣ ਤੋਂ ਕਰੋੜਾਂ ਸਲਾਮ ਆ। ਬਾਦਸ਼ਾਹ ਮੈਂ ਪਰਦੇਦਾਰ ਹਾਂ, ਮੈਂ ਉੱਥੇ ਕਿਉਂ ਜਾਵਾਂ। ਫਰਮਾਇਆ ਬੀਬੀ ਕਾਫਲੇ ਲੰਘਦੇ ਹਨ ਤਾਜਰਾਂ ਦੇ, ਤਜਾਰਤ ਦਾ ਸਾਮਾਨ ਲੈ ਕੇ ਵੇਚੇ ਤਾਂ ਵੇਚ ਕੇ ਵਾਪਸ। ਬੀਵੀ ਕੋਈ ਕਾਫਲਾ ਲੰਘੇ ਨਾ ਜੀ ਬਾਦਸ਼ਾਹ, ਭੀਖ ਮੰਗ ਲਈ। ਸੈਦੋ ਸਰਦਾਰ ਆਓ, ਇਸ ਇਲਾਕੇ ਦੇ ਸਰਦਾਰ ਆਓ, ਫਟਿਆ ਹੋਇਆ ਬੁਰਕਾ ਪੈਰੀ ਨਾ ਲੈਣ ਕੋਈ ਨਹੀਂ। ਰਸਤੇ 'ਤੇ ਬੀਬੀ ਆ ਗਈ, ਦੇਰ ਬਾਅਦ ਇੱਕ ਕਾਫਲਾ ਲੰਘਿਆ ਹੈ। ਬੀਬੀ ਉੱਠੀਏ, ਸਵਾਲ ਕਰਦੀਏ, ਆਵਾਜ਼ ਬਾਹਰ ਨਹੀਂ ਨਿਕਲਦਾ। ਅੱਲਾਹ ਅਕਬਰ। ਜਿਹੜੇ ਵੇਲੇ ਕਾਫਲੇ ਸਾਲਾਰ ਸਾਹਮਣੇ ਆਇਆ, ਕੰਬਦੇ ਹੋਏ ਹੱਥ ਬਾਹਰ ਕੱਢ ਕੇ ਆਦੇ, ਕਾਫਲੇ ਵਾਲੇ ਆਓ, ਮੈਂ ਤੁਹਾਡੇ ਨਬੀ ਦੀ ਬੀਵੀ ਹਾਂ, ਆਪਣੇ ਅੱਲਾਹ ਦੇ ਨਾਂ 'ਤੇ ਮੈਨੂੰ ਕੋਈ ਸ਼ੈ ਦਿਓ। ਨਬੀ ਫਾਕੇ 'ਚ ਬੈਠਾ ਹੈ, ਮੈਂ ਨਬੀ ਨੂੰ ਵੰਜ ਦੇਵਾਂ। ਇਹ ਮਸਕਰਾ ਆਦਮੀ ਸਾਹਮਣੇ ਖਲੋ ਕੇ ਆਦਾ ਹੈ, ਕਿਹੜੇ ਨਬੀ ਦੀ ਬੀਵੀ ਹੈ? ਬੀਬੀ ਆਦੀ ਮੈਂ ਅਯੂਬ ਨਬੀ ਦੀ ਬੀਵੀ ਹਾਂ। ਤਾਂ ਹੈ ਉਹ ਤਾਂ ਯੂਸਫ ਨਬੀ ਦੀ ਪੋਤਰੀ ਆਈ। ਬੀਬੀ ਬੜੀ ਜਲਦੀ ਬੋਲੀ ਹੈ, ਮੈਂ ਊ ਹਾਂ, ਜਲਦੀ ਇਸ ਵਾਸਤੇ ਬੋਲੀ ਮਤਾਂ ਇਹ ਮੇਰੇ ਪਿਓ ਨੂੰ ਜਾਣਦਾ ਹੋਵੇ, ਕੋਈ ਸ਼ਾਇਦ ਮੈਨੂੰ ਦੇਵੇ। ਫਰਮਾਇਆ ਮੈਂ ਊ ਹਾਂ। ਆਦਾ ਜੇ ਊ ਹੈ ਤਾਂ ਮੰਗ ਨਹੀਂ। ਬੀਬੀ ਆਦੀ ਔਖੀ ਬਣ ਗਈ। ਆਦਾ ਮੈਂ ਸੁਣਿਆ ਯੂਸਫ ਨਬੀ, ਯੂਸਫ ਨਬੀ ਦੇ ਖਾਨਦਾਨ ਦੇ ਵਾਲ ਬੜੇ ਸੋਹਣੇ ਆ। ਮੈਂ ਸੁਣਿਆ ਹੈ ਸੁਨਹਿਰੀ ਤੇ ਗੁੰਡਾਲੇ ਵਾਲ ਆਏ। ਅਗਰ ਯੂਸਫ ਨਬੀ ਦੀ ਪੋਤਰੀ ਏ ਮੰਗ ਨਹੀਂ, ਮੈਨੂੰ ਸਿਰ ਦੇ ਵਾਲ ਵੀ ਕਾ। ਹੌਸਲਾ ਕਰਨਾ ਹੈ ਵੈਣ, ਮੈਂ ਇੱਕੋ ਕਰਕੇ ਛੋੜਨ ਲੱਗਾ। ਜਵਾਨੀਆਂ ਮਾਣੇ, ਜਵਾਨੀਆਂ ਮਾਣੇ ਜੀ, ਪੁੱਤਰਾਂ ਦੇ ਸ਼ਾਰੋ ਜੀ। ਅੱਲਾ ਜਾਣਦਾ ਹੈ ਜਿਹੜੀ ਅੱਖ ਅਜਾਂ ਤਾਈ ਨੀ ਵੱਜ ਸੰਗੀ। ਜਡਾ ਬੀਬੀ ਆ ਗਿਆ ਜੀ ਬਿਸਮਿਲ੍ਲਾ ਕਰਾਂ, ਇਹ ਸਾਖਿਆ ਸਿਰ ਦੇ ਵਾਲ ਵਿਖਾ। ਬੀਬੀ ਤੜਪ ਕੇ ਉੱਠੀਏ, ਇੰਜ ਹੱਥ ਜੋੜ ਕੇ ਆਦੀ ਮੈਂ ਸ਼ਰੀਫ ਆਜ਼ਾਦੀ ਆ। ਉਹ ਸ਼ਰੀਫ ਸ਼ਰੀਫਾਂ ਸਾਹਮਣੇ ਇਹ ਜੇ ਸਵਾਲ ਨਹੀਂ ਕਰਦੇ, ਅਗਰ ਮੇਰੇ ਸਿਰ ਦੇ ਵਾਲ ਵੇਖਣੇ ਨੇ ਗੱਲ ਮੈਂ ਨਬੀ ਨੂੰ ਪੁੱਛੀ ਕੋਈ ਨਹੀਂ। ਉਹ ਸਾਹਮਣੇ ਝੌਂਪੜੀ 'ਚ ਨਬੀ ਬੈਠਾ ਹੈ, ਮੈਂ ਪੁੱਛੀ ਆਵਾਂ। ਅੱਲਾ ਜਾਣਦਾ ਆਦੀ ਇਜਾਜ਼ਤ ਮਿਲ ਗਈ, ਥੋੜ੍ਹਾ ਜਿਹਾ ਸਿਰ ਮੈਂ ਆਪ ਖੇਲਦਾ। ਨਬੀ ਦੇ ਪੈਰਾਂ ਵਾਲੇ ਪਾਸੇ ਆ ਖਲੀਏ, ਨਬੀ ਫਰਮਾਇਆ ਕੁਝ ਮਿਲਿਆ ਨਹੀਂ ਵੇ ਬਾਦਸ਼ਾਹ, ਇਮਤਿਹਾਨ ਦੇ ਪਰਚੇ ਤੇਜ਼ ਹੋ ਗਏ, ਇੱਕ ਕਾਫਲਾ ਲੰਘਿਆ। ਮੈਂ ਸਵਾਲ ਕੀਤਾ, ਉਹਨਾਂ ਪੁੱਛਿਆ ਕਿਹੜੇ
ਨਬੀ ਦੀ ਬੀਵੀ ਮੈਂ ਦੱਸਿਆ ਹੈ, ਉਹਨਾਂ ਆਖਿਆ ਉਹ ਤੇ ਯੂਸਫ ਨਬੀ ਦੀ ਪੋਤਰੀ ਆਈ ਮੈਂ ਦੱਸਿਆ ਹੈ, ਉਹਨਾਂ ਆਖਿਆ ਮੰਗ ਨਹੀਂ ਯੂਸਫ ਨਬੀ ਤੇ ਉਹਦੇ ਖਾਨਦਾਨ ਦੇ ਵਾਲ ਬੜੇ ਸੋਹਣੇ ਸੁਨਹਿਰੀ ਤੇ ਗੁੰਡਾਲੇ ਵਾਲ ਹਨ, ਅਗਰ ਯੂਸਫ ਨਬੀ ਦੀ ਪੋਤਰੀ ਹੈ ਮੈਨੂੰ ਸਿਰ ਦੇ ਵਾਲ ਵਿਖਾ, ਬੀਬੀਆ ਦੀ ਪੁੱਛਣ ਆਈਆਂ ਆਖੇ ਤੇ ਸਿਰ ਦੇ ਵਾਲ ਵਿਖਾ। ਉਸ ਵੇਲੇ ਨਬੀ ਤੜਪ ਕੇ ਉੱਠਿਆ, ਆਸਮਾਨ ਦੇ ਪਾਸੇ ਦੇਖਿਆ ਤਾਂ ਪੁੱਤਰ ਮਰ ਗਏ ਮੈਂ ਚੁੱਪ ਰਿਹਾ, ਬਿਮਾਰੀ ਲੱਗ ਗਈ ਮੈਂ ਚੁੱਪ ਰਿਹਾ, ਬੀਵੀ ਮਰਦ ਮਾਤਾ ਜੀ ਆਖਾ ਜੀ ਆਖਾ, ਤੇਰੇ ਪੁੱਤਰਾਂ ਦੇ ਸ਼ਾਰੋ ਨੀ ਅਕਬਰ ਦਾ ਬਾਬਾ ਇਸਦਾ ਜ਼ਿਆਦਾ ਡੇਵੀ ਜਵਾਨੀਆਂ ਮਾੜੇ ਜੀ ਜੀ ਪੜਦੇ ਨਾ, ਤੇਰੀ ਸੋਹਣੀ ਜਵਾਨੀ ਦੀ ਕਸਮ ਹੈ। ਫਰਮਾਇਆ ਪੁੱਤਰ ਮਰ ਗਏ ਮੈਂ ਚੁੱਪ ਰਿਹਾ, ਆਖਿਆ ਹੀ ਪੜਦੇ ਨਾ ਬਿਮਾਰੀ ਲੱਗ ਗਈ ਚੁੱਪ ਰਿਹਾ, ਹੁਣ ਆਪਣਾ ਇਮਤਿਹਾਨ ਬੰਦ ਕਰ ਲਾ, ਮੇਰੇ ਨਾਮੂਸ ਦਾ ਮਸਲਾ ਇਹ ਬਰਦਾਸ਼ਤ ਨਹੀਂ ਆਉਂਦਾ ਕੋਈ ਗੈਰ ਮਹਿਰਮ ਮਰਦ ਮੇਰੀ ਬੀਵੀ ਦੇ ਸਿਰ ਦੇ ਵਾਲ ਵੇਖੇ। ਉਸ ਵੇਲੇ ਹਾਕਮ ਦਾ ਆਵਾਜ਼ ਆਇਆ, ਅਯੂਬ ਤੇਰੀ ਬੀਵੀ ਨੂੰ ਕਿਸੇ ਪੱਥਰ ਤਾਂ ਨਹੀਂ ਮਾਰੇ, ਤੇਰੀ ਬੀਵੀ ਦੇ ਸਿਰ ਤੋਂ ਕਿਸੇ ਚਾਦਰ ਤਾਂ ਨਹੀਂ ਲਾਈ। ਸੈਯਦਾ ਤੇਰੇ ਵਾਇਣ ਕਬੂਲ ਕਰੇ, ਸੈਯਦਾ ਤੇਰਾ ਮਾਤਮ ਕਬੂਲ ਕਰੇ ਜੀ ਆਖਾ ਜੀ ਆਖਾ ਜੀ ਆਖਾ। ਬਿਸਮਿਲਲਾ ਰਾਜੀ ਰਵਿਆ ਹੈ ਜਵਾਨੀਆਂ ਮਾਣੋ। ਫਰਮਾਇਆ ਤੇਰੀ ਬੀਵੀ ਦੇ ਸਰ ਤੋਂ ਕਿਸੇ ਚਾਦਰ ਤਾਂ ਨਹੀਂ ਲਹਾਈ, ਤੇਰੀ ਬੀਵੀ ਨੂੰ ਕਿਸੇ ਪੱਥਰ ਤਾਂ ਨਹੀਂ ਮਾਰੇ। ਅਯੂਬ ਤੜਪ ਕੇ ਆਦਾ ਬੇਨਿਆਜ਼, ਫਿਰ ਇੱਕ ਗੱਲ ਦੱਸਾਂ, ਜਿਵੇਂ ਮੇਰੇ ਨਾਲ ਹੋਈ ਮੈਨੂੰ ਦੱਸ ਇਵੇਂ ਕਿਸੇ ਹੋਰ ਨਾਲ ਹੋ ਸੀ। ਫਰਮਾਇਆ ਅਯੂਬ ਯਾਦ ਰੱਖੀ ਇੱਕ ਦਿਨ ਆਸੀ ਇੱਕ ਸਾਬਰ, ਮੈਂ ਤੈਨੂੰ ਵਖੇ ਸਾਂ ਜਿੰਦੀਆਂ ਭੈਣਾਂ ਦੇ ਵਾਲ ਸ਼ਰਾਬੀਆਂ ਦੀ ਭੀੜ ਚ, ਅੱਲਾ ਜਾਣਦਾ ਹੈ ਜਿਹੜਾ ਸ਼ਾਮ ਦੇ ਸਦਰ ਬਾਜ਼ਾਰ ਚਲੀ ਦੀ ਧੀ ਆਈ ਆਈ, 5 ਲੱਖ ਬਦਮਾਸ਼ ਨੱਚਦਾ ਪਿਆ, ਚਾਦੀ ਆਈ ਮੈਨੂੰ ਚਾਦਰ ਦਿਓ, ਉਹ ਮੇਰੀ ਮਾਂ ਦਾ ਜਨਾਜ਼ਾ ਰਾ ਅਲਾ 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 ਅਲਾ।